ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਦੂਰੀਆਂ ਕਿਉਂ ਹੈ? ਦੂਰੀਆਂ ਤਾਂ ਹੈ ਜੀ, ਇਹ ਵਿੱਚ ਦੀਵਾਰ ਪਤਾ ਨਹੀਂ ਕਿਉਂ ਉਹਨਾਂ ਨੇ ਕਰ ਦਿੱਤੀ ਜੀ। ਬੁਲਾ ਤਾਂ ਮੈਨੂੰ ਲਿਆ, ਕਹਿੰਦੇ ਤੂੰ ਕੈਂਪਸ 'ਚ ਆ ਜਾਓ। ਪਰ ਕੋਈ ਨਾ ਜੀ, ਤੁਹਾਡੇ ਲਈ ਮੈਂ ਦੀਵਾਰ ਵੀ ਟੱਪੂੰਗਾ ਜੀ। ਅੱਜ ਦੇਖੋ ਮੈਂ ਦੀਵਾਰ ਟੱਪਦਾ। ਬਾਬਾ ਮੰਗਲ ਸਿੰਘ ਗਰੁੱਪ ਇੰਸਟੀਚਿਊਟ ਮੋਗਾ ਦੇ ਵਿੱਚ ਪਤਾ ਆਪਣੀਆਂ ਕੁੜੀਆਂ ਬਹੁਤ ਚੰਗੀਆਂ ਚੰਗੀਆਂ ਸਾਰੀਆਂ। ਮੇਰਾ ਅੱਜ ਦਾ ਸਵਾਲ ਕੁੜੀ ਨੂੰ ਹੈ ਜੀ, ਇਹਨਾਂ ਕੋਲੋਂ ਪੁੱਛਣ ਆਇਆ ਵੀ ਜਿਹੜਾ ਤੁਹਾਡਾ ਖੁਸ਼ੀ ਦਾ ਪਲ ਇੱਕ ਜ਼ਿੰਦਗੀ 'ਚ ਐਸਾ ਕਿਹੜਾ ਹੈ ਜਿਹੜਾ ਕਿ ਇਹਨਾਂ ਨੂੰ ਕਦੀ ਭੁੱਲ ਨਹੀਂ ਸਕਦਾ? ਜਦੋਂ ਮੇਰੇ ਬਰਥਡੇ ਮਨਾਇਆ ਜਾਂਦਾ ਮੈਨੂੰ ਬਹੁਤ ਖੁਸ਼ੀ। ਹਾਂ, ਜੋ ਤੁਹਾਡਾ ਬਰਥਡੇ ਮਨਾਇਆ ਜਾਂਦਾ ਮੈਂ ਬਹੁਤ ਖੁਸ਼ ਹੁੰਦੀ ਹਾਂ। ਫਿਰ ਮੈਂ ਵੱਡੀ ਹੋ ਚੱਲੀ ਹਾਂ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਹਾਂ, ਤੁਸੀਂ ਕਿੰਨੇ ਹੋ ਜੀ? ਜਦੋਂ ਪਲੱਸ ਟੂ ਦਾ ਰਿਜ਼ਲਟ ਆਇਆ ਸੀ ਜ਼ਿਆਦਾ ਨੰਬਰ ਤਾਂ ਨਹੀਂ ਆਇਆ, ਤਾਂ ਵੀ ਉਹ ਬਾਈ ਜਾਂਦੀ ਆ ਗਈ ਮੁਲਾਦਾ। ਹਾਂਜੀ, ਪੜ੍ਹੇ ਨਹੀਂ, ਕਿਉਂਕਿ ਜੋ ਬੰਦਾ ਪੜ੍ਹਿਆ ਨਹੀਂ ਨਾ ਹੁੰਦਾ ਤੇ ਬਾਈ ਜੀ ਨੰਬਰ ਆਏ ਮਤਲਬ ਬੜੀ ਖੁਸ਼ੀ ਹੁੰਦੀ ਹੈ। ਇਹ ਕਿੱਦਾਂ ਹੋ ਗਿਆ ਕੰਮ? ਬਿਨਾਂ ਪੜ੍ਹੇ ਚੀਟਿੰਗ ਕੀਤੀ ਸੀ? ਚੀਟਿੰਗ ਨਹੀਂ। ਐਵੇਂ ਥੋੜੀ ਆ ਗਈ? ਨਹੀਂ ਨਹੀਂ, ਚੀਟਿੰਗ ਇੱਥੇ ਹੁੰਦੀ ਆ ਬੋਰਡ ਦੇ ਪੇਪਰ 'ਚ। ਕਿਉਂ ਪਰਚੀਆਂ? ਨਾ, ਅਸੀਂ ਕੁੜੀਆਂ ਨਹੀਂ ਕਰਦੀਆਂ ਮੁੰਡੇ। ਆਹਾ, ਅਸੀਂ ਕੁੜੀਆਂ। ਵਾਹ ਵਾਹ। ਹਾਂਜੀ, ਤੁਸੀਂ ਕਿੰਨੇ ਹੋ? ਫਸਟ ਟਾਈਮ ਜਦੋਂ ਟੌਪ ਕੀਤਾ। ਟੌਪ ਕੀਤਾ? ਹਾਂਜੀ। ਇੱਥੇ ਜੀ? ਇੱਥੇ BMSC। ਖੁਸ਼ੀ? ਖੁਸ਼ੀ ਜੋ ਸਾਨੂੰ ਛੁੱਟੀ ਦਿੰਦੇ ਨੇ BEd ਕਾਲਜ ਦੇ ਵਿੱਚ। ਛੁੱਟੀ ਹੋ ਗਈ? ਹਾਂਜੀ, ਕਿਉਂਕਿ BEd ਕਾਲਜ ਦੇ ਵਿੱਚ ਵਰਕ ਬਹੁਤ ਜ਼ਿਆਦਾ ਦਿੰਦੇ ਨੇ। ਅੱਛਾ, ਇਸ ਲਈ ਛੁੱਟੀ ਬਹੁਤ ਘੱਟ ਹੁੰਦੀ। ਸ਼ਿਕਾਇਤ ਹੈ ਕਿ ਖੁਸ਼ੀ ਹੈ? ਦੋਨੇ ਖੁਸ਼ੀ ਆ। ਅੱਛਾ, ਤੁਸੀਂ ਕਿੰਨੇ ਵਾ? ਜਿਹੜੇ ਟੀਚਰ ਨਹੀਂ ਪਸੰਦ ਜਦੋਂ ਕਾਲਜ ਨਹੀਂ ਆਉਂਦਾ ਬਹੁਤ ਖੁਸ਼ੀ ਹੁੰਦੀ। ਅੱਜ ਨਹੀਂ ਆਈ, ਚੰਗਾ ਹੋ ਗਿਆ। ਜਦੋਂ ਮੀਂਹ ਪਿਆ ਸੀ ਮੈਂ ਡਿੱਗੀ ਸੀ। ਤੜੰਗ ਕਰਕੇ ਤੜੰਗ ਕਰਕੇ ਖੁਸ਼ੀ ਹੋਈ ਸੀ? ਬਹੁਤ ਬਹੁਤ ਖੁਸ਼ੀ ਹੋਈ ਸੀ। ਤੇ ਲੋਕਾਂ ਨੇ ਦੇਖਿਆ ਸੀ? ਨਹੀਂ, ਮੈਂ ਇਕੱਲੀ ਸੀ। ਇਕੱਲੀ ਹੱਥ ਵੀ ਤਾਲੀਆਂ ਮਾਰ ਕੇ ਮੈਂ ਗਿਰ ਗਈ। ਕਜ਼ਨ ਸਿਸਟਰ ਦੀ ਮੈਰਿਜ ਟਾਈਮ ਬੜੀ ਖੁਸ਼ੀ ਹੋਈ ਸੀ ਵੀ ਇਹ ਤਾਂ ਵਿਆਹ ਹੋ ਗਿਆ, ਹੁਣ ਵਾਰੀ ਮੇਰੀ। ਇਹ ਖੁਸ਼ੀ ਸੀ ਇਹ ਕੰਮ ਚੱਲ ਪਿਆ ਹੁਣ ਮੇਰੀ ਵਾਰੀ ਆ, ਹਨਾ? ਮੇਰੇ ਤੋਂ ਅੱਗੇ ਹੋਰ ਵੀ ਆ ਗਿਆ। ਅੱਛਾ, ਵੈਰੀ ਗੁੱਡ। ਤੁਸੀਂ ਕਿੰਨੇ ਹੋ ਜੀ? ਜਿਸ ਦਿਨ ਮੇਰੀ ਐਡਮਿਸ਼ਨ ਹੋਈ ਸੀ ਕਾਲਜ ਦੇ ਵਿੱਚ। ਅੱਛਾ, ਬਾਹਰੋਂ ਉਹਨਾਂ ਨੇ ਆ ਕੇ ਐਡਮਿਸ਼ਨ ਕਰਵਾਈ ਸੀ। ਉਹਨਾਂ ਨੇ ਬਾਹਰੋਂ ਆ ਕੇ ਐਡਮਿਸ਼ਨ ਕਰਵਾਈ? ਹਾਂਜੀ। ਵੈਰੀ ਗੁੱਡ। ਬੜੇ 10 ਵਜੇ ਉਹਨਾਂ ਨੇ ਫਲਾਈਟ ਸੀ, 12 ਵਜੇ ਆ ਕੇ ਮੇਰੀ ਐਡਮਿਸ਼ਨ ਕਰਵਾਈ। ਲੈ ਲਓ, ਇਸੇ ਕੰਮ ਨੂੰ ਆਏ ਸੀਗੇ? ਆਨੰਦ ਆਨੰਦ ਦੇ ਡੋਸਾ ਖਾਦਾ ਸੀ, ਬਟ ਉਹਨਾਂ ਨੂੰ ਪੇਮੈਂਟ ਨਹੀਂ ਸੀ ਕੀਤੀ, ਅਸੀਂ ਚੋਰੀ। ਚੋਰੀ? ਅੱਛਾ, ਚੋਰੀ ਖਾ ਕੇ ਨਜ਼ਾਰਾ ਬਣਾਉਂਦਾ? ਯੈਸ, ਹੈ ਨਾ? ਪਹਿਲਾਂ ਤਾਂ ਖਾਈ ਜਾਓ ਖਾਈ ਜਾਓ, ਜੇ ਕਿਤੇ ਖਿਸਕੇ ਖਿਸਕੇ ਸੀਗੇ। ਹਾਂਜੀ, ਚੋਰ ਨਹੀਂ। 1 2 3 4 5 ਕੁੜੀਆਂ ਨੇ ਇਕੱਲੀ ਇਕੱਠੀ ਖੁਸ਼ੀ। ਹਾਂਜੀ, ਜਦੋਂ ਅਸੀਂ BCS ਆਏ ਸੀਗੇ ਸਾਨੂੰ ਸਾਰੇ ਸੀਨੀਅਰ ਕਹਿੰਦੇ ਹੁੰਦੇ ਸੀ ਕਿ ਸਪਲੀ ਤਾਂ ਆਉਂਦੀ ਆਉਂਦੀ ਹੈ, ਜਿੰਨਾ ਮਰਜ਼ੀ ਪੜ੍ਹੋ ਤੁਸੀਂ ਸਪਲੀ ਤਾਂ ਤੁਹਾਡੀ ਆਊਗੀ। PTU 'ਚ ਲੱਗੇ ਸਾਡਾ ਜੋ ਆਲ ਕਲੀਅਰ ਰਿਜ਼ਲਟ ਆਇਆ, ਅਸੀਂ ਸਾਰੇ ਹੱਕ ਕਰਕੇ ਗਏ, ਇੰਨੀ ਮਸਤੀ ਕੀਤੀ ਕਿ ਫੋਨ ਕੀਤੇ ਕਿ ਆਲ ਕਲੀਅਰ ਕੀਤਾ। ਵਾਹ, ਅਸੀਂ ਕਦੇ ਨਹੀਂ ਭੁੱਲ ਸਕਦੇ। ਨੈਚੁਰਲ ਬੰਦਾ ਤੁਹਾਨੂੰ ਡਰਾਉਂਦਾ ਹੋਵੇ, ਹੈ ਨਾ, ਵੀ ਨਹੀਂ ਹੋਣਾ, ਪਰ ਆਪਾਂ ਉਹ ਚੀਜ਼ ਕਲੀਅਰ ਕਰ ਲਈਏ। ਵਾਹ ਵਾਹ ਵਾਹ। ਚੀਟਿੰਗ ਕੀਤੀ? ਸੀਟਿੰਗ ਨਹੀਂ, ਬਿਲਕੁਲ ਵੀ ਨਹੀਂ ਚੀਟਿੰਗ, ਬਿਲਕੁਲ ਵੀ ਨਹੀਂ। ਆਜਾ, ਹੋਈ ਨਹੀਂ ਨਾ, ਅਫਸੋਸ ਹੈ। ਅਸੀਂ ਆਪਣੀ ਮਿਹਨਤ ਕਰਕੇ ਪਾਸ ਹੋਏ ਨੇ। ਜਦੋਂ ਮੇਰੀ ਸਿਸਟਰ ਦਾ ਬੇਟਾ ਹੋਇਆ ਸੀ ਉਦੋਂ। ਹਾਂ, ਜਦ ਮਾਸੀ ਬਣੀ ਸੀ। ਮਾਸੀ ਵੀ ਉੱਡੀ, ਬੇਟਾ ਵੀ ਉੱਡੀ ਹੋਣਾ। ਬੇਟਾ ਇੰਨਾ ਹੁੰਦਾ ਹੈ, ਦੇਖਿਆ ਨਹੀਂ ਤੁਸੀਂ? ਪਰ ਹੁਣ ਤਾਂ ਥੋੜਾ ਜਿਹਾ ਹੋ ਗਿਆ ਹੋਣਾ। ਜਿਸ ਦਿਨ ਮੇਰੇ ਬ੍ਰਦਰ ਦਾ ਵੀਜ਼ਾ ਆਇਆ ਸੀ। ਵੀਜ਼ਾ ਅੱਜ ਕਿੱਥੇ ਗਿਆ ਬ੍ਰਦਰ? ਆਸਟ੍ਰੇਲੀਆ। ਅੱਛਾ, ਕੋਈ ਇਸ ਲਈ ਖੁਸ਼ੀ? ਖੁਸ਼ੀ ਹੋਈ ਸੀ, ਮੈਂ ਹੁਣ ਹੁਣ ਰੋਕ ਟੋਕ ਨਹੀਂ ਹੋਇਆ ਕਰੂਗੀ, ਹੈ ਨਾ? ਜਿਹੜੀ ਉਹ ਬਣਦੀ ਨਹੀਂ ਬ੍ਰਦਰ ਨਾਲ, ਹੁਣ ਹੋਇਆ ਨਹੀਂ ਕਰੂਗੀ। ਚੱਲ ਭਰਾਵਾ, ਤੂੰ ਤਾਂ ਜਾ। ਨਹੀਂ, ਉਹ ਮੈਨੂੰ ਚੀਜ਼ਾਂ ਭੇਜਣਗੇ ਜਿਹੜੀਆਂ ਮੈਂ ਮੰਗੂਗੀ, ਲਿਸਟ ਭੇਜੀ ਉਹਨਾਂ ਨਾਲ। ਪੀਪੀ ਦੌਰਾਨ ਜਦੋਂ ਪਹਿਲੀ ਵਾਰ 8th ਕਲਾਸ 'ਚ ਅਸੀਂ ਐਂਟਰ ਕੀਤਾ ਸੀ ਬੱਚਿਆਂ ਨੇ, ਗੁੱਡ ਮਾਰਨਿੰਗ, ਮੈਂ ਬਹੁਤ ਖੁਸ਼ੀ ਹੋਈ ਸੀ। ਕਿੱਦਾਂ 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 ਕਿੱਦਾਂ? ਪੀਪੀ ਦੌਰਾਨ ਟੀਚਿੰਗ ਪ੍ਰੈਕਟਿਸ। ਹਾਂਜੀ ਹਾਂਜੀ, ਪਹਿਲੀ ਵਾਰੀ ਕਲਾਸ 'ਚ ਐਂਟਰ ਕੀਤਾ ਬੱਚੇ। ਹਾਂ, ਅੱਛਾ, ਬੱਚੇ ਖੜੇ ਹੁੰਦੇ ਆ, ਗੁੱਡ ਮਾਰਨਿੰਗ ਮੈਂ। ਉਹ ਬੜਾ ਮਜ਼ਾ ਆਉਂਦਾ ਨਾ,
ਕਿਤੇ ਆਪਾਂ ਬੋਲਦੇ ਹੋ ਕਿਤੇ ਬੱਚੇ ਬੋਲਦੇ ਤੁਹਾਡੇ ਨਾਲ ਤੁਸੀਂ ਕਿਹਨੇ ਹੋ ਜਦੋਂ ਮੈਂ ਔਰ ਮੇਰੇ ਬ੍ਰਦਰ ਅਸੀਂ ਲੜਦੇ ਹੁੰਦੇ ਹਾਂ ਐਂਡ ਮੰਮਾ ਕਹਿੰਦੇ ਹੁੰਦੇ ਨਹੀਂ ਇਹ ਇਸ ਗੱਲ 'ਤੇ ਗਲਤ ਆ ਜਾਂ ਇਹ ਗੱਲ 'ਤੇ ਜਦੋਂ ਪਾਪਾ ਕਹਿੰਦੇ ਹੁੰਦੇ ਨਹੀਂ ਇਹ ਮੇਰਾ ਬੱਚਾ ਉਹ ਜਦੋਂ ਤੁਹਾਡੀ ਸਾਈਡ ਲੈਂਦੇ ਪਾਪਾ ਹਨਾ ਉਹ ਵੱਡਾ ਅਤੇ ਖੁਸ਼ੀ ਦਾ ਪਲ ਮੇਰੇ ਲਈ ਹੋਈ ਆ ਵਾਹ ਵਾਹ ਜੋ ਡੈਡੀ ਸਾਈਡ ਲੈਂਦੇ ਫਿਰ ਇਹ ਵੀ ਜਿੱਤਦੀ ਤਾਂ ਨਹੀਂ ਆ ਹਨਾ ਤੁਸੀਂ ਕਿਹਨੇ ਹੋ ਮੇਰਾ ਛੋਟਾ ਜਿਹਾ ਭਤੀਜਾ ਛੋਟਾ ਅਸੀਂ ਦੋਨੋਂ ਇਕੱਠੇ ਡਾਂਸ ਕਰਦੇ ਹਾਂ ਕਿਵੇਂ ਕਰਦੇ ਹੁੰਦੇ ਹੋ ਪਲ ਹੁੰਦਾ ਜਦੋਂ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਹੁੰਦੀ ਹਾਂ ਜਾਂ ਟ੍ਰਿਪਸ ਵਗੈਰਾ ਤੇ ਬਾਹਰ ਘੁੰਮਣ ਜਾਂਦੇ ਹਾਂ ਉਹ ਖੁਸ਼ੀ ਦਾ ਪਲ ਹੁੰਦਾ ਜੀ ਸਾਰੇ ਜਦੋਂ ਬੰਕ ਮਾਰਦੇ ਹਾਂ ਫੜੀ ਗਈ ਤੁਸੀਂ ਕਿਹਨੇ ਹੋ ਜਦੋਂ ਮੰਮਾ ਮੇਰੇ ਲਈ ਹਰੇਕ ਕੁਝ ਕਰਦੇ ਆ ਅੱਛਾ ਸਿਰਫ ਗੱਲ ਨੂੰ ਨਾ ਨਹੀਂ ਕਰਦੇ ਉਹ ਮੇਰੇ ਲਈ ਖੁਸ਼ੀ ਦਾ ਹਰੇਕ ਪਲ ਆ ਉਹ ਪਿੱਛੇ 3 ਤਰੀਕ ਦਾ ਕੰਪੀਟੀਸ਼ਨ ਹੋਇਆ ਸੀ ਉਹਦੇ ਵਿੱਚ ਫਸਟ ਪ੍ਰਾਈਜ਼ ਆਇਆ ਸੀ ਉਦੋਂ ਬੜਾ ਖੁਸ਼ੀ ਦਾ ਪਲ ਸੀ ਡਾਂਸ ਕਿਤੇ ਬੰਜਾਰਨ ਇੰਨੇ ਸਾਰੇ ਕਾਲਜਸ ਕੀਤੇ ਇੰਨੇ ਸਾਰੇ ਗਾਣੇ ਸੁਣੇ ਪਰ ਮੇਰਾ ਫੇਵਰੇਟ ਟਰੈਕ ਸੀਗਾ ਬਚਪਨ ਤੋਂ ਨੀ ਬੰਜਾਰਨ ਕੁੜੀ ਅੱਜ ਕੁੜੀ ਮਿਲ ਗਈ ਹੋ ਅੱਜ ਕਰਨਗੇ ਜੀ ਗਾਣਾ ਹਾਂਜੀ ਡਾਂਸ ਕਰੋਗੇ ਬੰਜਾਰਨ ਕੁੜੀ ਤੇ ਵੇਖ ਚੰਨ ਨੂੰ ਤਰੇਲੀ ਠੰਡੀ ਆਈ ਰਾਤ
चेता पहले दिन दा जदो सिटे आ गुलाब चिट्टे रंग दा तेरे नाल दी सी मोड़ा मारे आख दी तू ही पुछ मैनू मुंडा लगे संग दा मैनू अज भी चेता पहले दिन दा जदो सिटे आ गुलाब चिट्टे रंग दा तेरे नाल दी सी मोड़ा मारे आख दी तू ही पुछ मैनू मुंडा लगे संग दा चित कर दासी आके तेनू पुछ लानी तेरे सैंडल बता दे बड़े भारे सी अख भूआ तो बचा के डूब जानी है तू भी इश्क दे लुट दी नजारे सी अख भूआ तो बचा के डूब जानी है तू भी इश्क दे लुट दी नजारे सी खुशी दा पल खुशी दा पल जी जदों पहली बार पास होए सीगे हां तेरा भला हो जाए फूल खिलता है मुरझाने का तखैया लेकर जिसे खुश पाओगे वही सबसे खफा होगा बड़ी कोशिश की थी गल बढ़ते बनी नहीं सर पहली बार खुशी मैंने उदो आई जो मैं 10th क्लास में फास्ट आया फास्ट आ गया जी ये कितना हो गया हो गया जी खुशी उदो हुई जो मैं यूनिवर्सिटी लेवल से टॉप किया टीचिंग एड दे विच सच्ची ए किया गवाह सारे पूछ रहे कहते नहीं दसवीं पेपर वधिया हो गए सीगे मेरे एक बारी एक बारी एक बारी दसवीं दसवीं एक बारी जी वैसे होगी एक बारी नहीं दादा मैं ਉਦੋਂ ਮੈਨੂੰ ਇਹ ਕੋਈ ਪਾਸ ਹੋ ਜਾਊਗਾ ਮੈਂ ਛੱਡਣ ਨੂੰ ਜੀ ਨਹੀਂ ਕਰਦਾ ਸੀਗਾ ਸਕੂਲ ਤੇ ਪੇਪਰਾਂ 'ਚ ਪਤਾ ਨਹੀਂ ਕਿਸੇ ਵਧੀਆ ਮਾਸਟਰ ਨੇ ਚੈੱਕ ਕਰਤੇ ਪੇਪਰ 'ਤੇ ਮੈਂ ਫੇਲ ਹੋ ਗਿਆ ਸੀ ਜ਼ਿਆਦਾ ਖੁਸ਼ੀ ਹੋਈ ਨਾ ਮੈਨੂੰ ਪਤਾ ਹਾਏ ਕਿਆ ਬਾਤ ਮਤਲਬ ਸਕੂਲ ਛੱਡਣੋਂ ਜੀ ਨਹੀਂ ਕੀਤਾ ਪੇਪਰ ਚੰਗੇ ਹੋ ਗਏ ਪਰ ਮਾਸਟਰ ਨੇ ਫੇਲ ਕਰਤਾ ਖੁਸ਼ੀ ਮੈਨੂੰ ਸਭ ਤੋਂ ਪਹਿਲਾਂ ਹੋ ਰਹੀ ਸੀ ਜਦੋਂ ਮੈਂ ਆਪਣੇ ਫੇਵਰਿਟ ਸਿੰਗਰ ਏਕ ਨੂੰ ਦੇਖਿਆ ਸੀ ਉਹਨੂੰ ਮੇਰਾ ਦੋਸਤ ਆ ਬਹੁਤ ਚੰਗਾ ਉਹ ਗੱਲ ਕਰਾਵਾਂ ਕਰਾਰੋ ਰਹਿੰਦੇ ਹੈ ਜਦੋਂ ਮੇਰੀ ਇੰਗੇਜਮੈਂਟ ਹੋਈ ਸੀ ਅੱਛਾ ਸਪੋਜ਼ ਕਰੋ ਜੀ ਇੰਗੇਜਮੈਂਟ ਨਾ ਹੁੰਦੀ ਹਾਂਜੀ ਉਹ ਤੱਕ ਹੋ ਗਈ ਅੱਛਾ ਉਧਰ ਮੈਂ ਸਮਝ ਗਿਆ ਸਰ ਜੀ ਸਾਡਾ ਜੀਐਨਐਮ ਫਰਸਟ ਇਅਰ ਦਾ ਰਿਜ਼ਲਟ ਆਇਆ ਸੀ ਅਸੀਂ ਬਹੁਤ ਖੁਸ਼ ਹੋਏ ਸੀ ਉਹਦਾ ਕਿਹੜਾ ਜੀਐਨਐਮ ਫਰਸਟ ਇਅਰ ਦਾ ਜੀਐਨਈ ਜੀਐਨਐਮ ਉਹ ਕੀ ਹੁੰਦਾ ਨਹੀਂ ਪਤਾ ਮੈਨੂੰ ਮੈਂ ਸੋਰੀ ਜਨਰਲ ਨਰਸਿੰਗ ਮੈਨੂਫੈਕਚਰਿੰਗ ਮਿਡਵਾਈਫ ਫਰੀ ਮਿਡਵਾਈਫ ਹਾਂਜੀ ਮਿਡਵਾਈਫ ਇਹ ਕਿਹੜੀ ਵਾਈਫ ਹੋਈ ਦਾ ਪਲ ਸਾਨੂੰ ਹਮੇਸ਼ਾ ਯਾਦ ਰਹੂਗਾ ਤੁਹਾਨੂੰ ਮਿਲ ਕੇ ਹਾਂ ਥੈਂਕ ਯੂ ਵੈਰੀ ਮਚ ਮੈਂਟਲ ਹਸਪੀਟਲ ਡਿਊਟੀਆਂ ਲੱਗੇ ਸੀ ਉੱਥੇ ਬਹੁਤ ਇੰਜੋਏ ਕੀਤਾ ਸੀ ਅੱਛਾ ਇੱਕ ਇੱਕ ਚਲੋ ਰੱਬ ਦੀ ਗੱਲ ਹੈ ਪਰ ਇੱਕ ਤਾਂ ਮੈਂਟਲ ਦੀ ਗੱਲ ਯਾਦ ਆ ਕੋਈ ਉਹ ਗਾਲਾਂ ਕੱਢਦੇ ਹੁੰਦੇ ਤੇਰੀ ਨਹੀਂ ਮਤਲਬ ਫਿਰ ਵੀ ਕੀ ਕਿ ਗਾਲਾਂ ਕੱਢਦੇ ਰਹਿੰਦੇ ਮੈਂਟਲ ਨਹੀਂ ਸੌਂਗ ਵੀ ਸੁਣਾਉਂਦੇ ਹੁੰਦੇ ਹੈ ਕਿਹੜਾ ਗਾਣਾ ਗਾਉਂਦੇ ਹੁੰਦੇ ਜ਼ਿਆਦਾ ਆਲੂ ਮਟਰ ਕਿਹੜਾ ਆਲੂ ਮਟਰ ਸੁਣਾ ਕੇ ਗਾ ਕੇ ਸੁਣਾਓ ਮੜ ਜਾ ਸੁਣਾਓ ਮੜ ਸਾਰੀ ਗਾ ਕੇ ਸੁਣਾਓ ਇਕੱਠੀਆਂ ਚਲੋ 1 2 3 ਸਟਾਰਟ
पकौड़े काला माला करके ना सत श्रीकाल जी ठीक ठाक हो सारिया खुशी खुशी आंसर उधर आ रहा ਸਾਰਿਆਂ ਦਾ ਖੁਸ਼ੀ ਦਾ ਪਲ ਹੈ ਨਾ ਹਾਂਜੀ ਬੋਲੋ ਬੋਲੋ ਖੁਸ਼ੀ ਦਾ ਸਾਡੇ ਲਈ ਖੁਸ਼ੀ ਦਾ ਪਲ ਇਹ ਆ ਕਿ ਅੱਗੇ ਅਸੀਂ ਤੁਹਾਨੂੰ ਟੀਵੀ ਤੇ ਦੇਖਾਂਗੇ ਆਏ ਹਾਉ ਸਵੀਟ ਥੈਂਕ ਯੂ ਵੈਰੀ ਮਚ ਤੁਹਾਡਾ ਖੁਸ਼ੀ ਦਾ ਪਲ ਕਿਹੜਾ ਜੀ ਮੈਂ ਤਾਂ ਦੱਸ ਨਹੀਂ ਤੁਸੀਂ ਦੱਸੋ ਤੁਹਾਡਾ ਕਿਹੜਾ ਖੁਸ਼ੀ ਵਾਲਾ ਨੈਲੇ ਪੇ ਦੇਲਾ ਮੌਕੇ ਪੇ ਚੌਕਾ ਮੇਰਾ ਖੁਸ਼ੀ ਦਾ ਪਲ ਤਾਂ ਜੀ ਇਹ ਹੋ ਗਿਆ ਇਸ ਵੇਲੇ ਜੇ ਆਪਾਂ ਲੈ ਲਈਏ ਛੋਟਾ ਜਿਹਾ ਬ੍ਰੇਕ ਲੈ ਲਈਏ ਜੀ ਫਿਰ ਹਾਂਜੀ ਮਿਲੇ ਛੋਟੀ ਬ੍ਰੇਕ ਤੋਂ ਬਾਅਦ ਤੁਸੀਂ ਵੇਖਦੇ ਰਹੋ ਜੀ ਜੋਸ਼ ਕੈਂਪਸ ਦਾ Welcome you on the short break and you're watching your favorite show that is Josh Campus da thank you very much pata ki hon laga ji teachers te nurses di ladai hon lagi hai seriously ho gaya yaar game segment hai idhar teachers idhar nurses kariye shuru जी करते हैं गेम सैगमेंट शुरू इधर ने नर्सेज इधर ने टीचर्स मेरी मासी भी हैगी मासी आ जा तुसी भी आ जाओ जी किरणदीप कौर ते मासी जी मासी जी गल इदा है कि आपां नूं पुछदे आ कि साडा शापनर कित्थे है ठीक है जी पुछिए फिर चलो जी दसो शापनर कित्थे है मासी जित गई लो जी सजा मिली है मेरी एक्टिंग करनी नहीं कर लेंगी ਚਲ ਫੜੀ ਜੀ ਕਰ ਲੈਣੀ ਚਲ ਠੀਕ ਹੈ ਉਹ ਤੇਰਾ ਫਲਾ ਆ ਜਾ ਲੋ ਜੀ ਹਣ ਆਪਾਂ ਗੇਮ ਲੋ ਜੀ ਮੈਂ ਖਬਰਾਂ ਪੜਨਾ ਲੋ ਜੀ ਚਲੋ ਜੀ ਹਣ ਆਪਾਂ ਗੇਮ ਸ਼ੁਰੂ ਕਰਨ ਜਾ ਰਹੇ ਆ ਤੇ ਇੱਧਰ ਨੇ ਬੀਐਡ ਵਾਲੇ ਇੱਧਰ ਨੇ ਨਰਸਿੰਗ ਵਾਲੇ ਆ ਜਾ ਮਾਸੀ ਜੀ ਓਏ ਇੱਧਰ ਨੇ ਸੁਣੋ ਲੋ ਜੀ ਆਪਾਂ ਗੇਮ ਸ਼ੁਰੂ ਕਰਨ ਲੱਗੇ ਇੱਧਰ ਟੀਚਰਸ ਇੱਧਰ ਨੇ ਨਰਸਿਸ ਆ ਜਾ ਮਾਸੀ ਐਦਾਂ ਕਰਨਾ ਆਏ ਦੇਖੇ ਟੀਚਰਸ ਪੜਿਆ ਕਮਾਲ ਹੁੰਦੀ ਆ ਹਾਂਜੀ ਤੁਹਾਨੂੰ ਕੀ ਦਈਏ ਪਨਿਸ਼ਮੈਂਟ ਆਪਾਂ ਐ ਕਰਦੇ ਆ ਇਹਨੂੰ ਪਨਿਸ਼ਮੈਂਟ ਪਤਾ ਹੀ ਦਿੰਨੇ ਆ ਇੱਕ ਕਾਮੇਡੀ ਗਾਣਾ ਗਾਣ ਦੀ ਕੋਈ ਵੀ ਠੀਕ ਹੈ ਹੈ ਨਹੀਂ ਡੋਲਿਆਂ ਤੇ ਜਾਣ ਚੁੱਕੀ ਜਾਂਦਾ ਨਹੀਂ ਸਮਾਨ ਰੋਟੀ ਖਾਈ ਦੀ ਗਵਾਂਡਿਆਂ ਕੋਲੋਂ ਆਟਾ ਮੰਗ ਕੇ ਜਿੱਥੋਂ ਲੰਗੀਦਾ ਨਹੀਂ ਲੋਕੀ ਕਹਿੰਦੇ ਆ ਕੇ ਮੰਗਦੇ ਗੋਏ ਦੀ ਟਰਾਲੀ ਸਿੱਟੀ ਹੱਥ ਤੇ ਸਵੇਰੇ ਮੁੱਕਦੇ ਨਾ ਗੋਆ ਕਰੇ ਡੰਗਰ ਬਥੇਰੇ ਤੈਨੂੰ ਪਾਥੀਆਂ ਪਥਣ ਦਾ ਚਾ ਸਾਲੀਏ ਜਿੰਨਾ ਚਿਹਰੇ ਪੱਥੀ ਜਾਏਂਗੀ ਸੁੱਟੀ ਜਾਂਗਾ ਗੋਆ ਤੇਰੇ ਜੀਜੇ ਦੇ ਨੇ ਡੰਗਰ 50 ਸਾਲੀਏ ਜਿੰਮ ਵਿੱਚ ਮੱਛਰ ਲੜਾਈ ਫਿਰਦਾ ਡੋਲਿਆਂ ਤੇ ਤਫੜੇ ਪਵਾਈ ਫਿਰਦਾ ਮੁੰਡੇ ਆਵੇ ਸੋਹਣਿਆ ਸਨੱਖਿਆ ਡਾਕਟਰ ਨੇ ਰਿਪੋਰਟ ਵਿੱਚ ਦੱਸਿਆ ਡੇਂਗੂ 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 ਵੈਰੀ ਨਾਈਸ ਦੇਖਿਆ ਜੀ ਸਾਡੇ ਜੋਸ਼ ਕੈਂਪਸ ਦਾ ਵੀ ਬਹੁਤ ਸਾਰਾ ਟੈਲੈਂਟ ਹੈ ਜੀ ਆਪਾਂ ਸਾਰਾ ਟੈਲੈਂਟ ਐਕਸਪਲੋਰ ਕਰਦੇ ਹਾਂ ਥੈਂਕ ਯੂ ਜੀ ਕਿਆ ਬਾਤਾਂ ਹਾਂਜੀ ਦੱਸੋ ਜੀ ਲਓ ਜੀ ਤੁਸੀਂ ਤਾਂ ਗਏ ਹੋ ਹਾਰ ਤੁਹਾਨੂੰ ਮਿਲੀ ਹੈ ਸਜ਼ਾ ਇਹ ਜੀ ਕਿ ਤੁਸੀਂ ਪੰਜਾਬੀ ਗਾਣੇ ਨੂੰ ਹਿੰਦੀ ਚ ਗਾਓ ਗਾਓਗੇ ਜੀ ਹਾਂਜੀ ਚਿੱਟੇ ਸੂਟ ਪੇ ਦਾਗ ਪੜ ਗਏ ਗਲੀ ਤੇਰੀ ਮੇ ਗਾਰਾ ਚਿੱਟੇ ਸੂਟ ਮੇ ਦਾਗ ਪੜ ਗਏ ਗਲੀ ਤੇਰੀ ਮੇ ਗਾਰਾ ਬਾਰਿਸ਼ ਮੇ ਮੈਂ ਭੀਗ ਗਈ ਬਾਰਿਸ਼ ਮੇ ਮੈਂ ਭੀਗ ਗਈ ਤੇ ਤੁਮੇ ਮਿਲਨੇ ਆਤੀ ਦਿਲਦਾਰਾ ਠੀਕ
ਕਿਆ ਬਾਤ ਆ ਹਾਂਜੀ ਹਾਂਜੀ ਤੁਸੀਂ ਤਾਂ ਗਏ ਹੋ ਜਿੱਤ ਹਾਂਜੀ ਹੁਣ ਫਿਰ ਕਿੱਦਾਂ ਹੋਊਗੀ ਸਜ਼ਾ ਕੀ ਦੇਣੀ ਕੁੜੀ ਨੂੰ ਦੇਣੀ ਮੈਂ ਸਜ਼ਾ ਰੁਕੋ ਆਈ ਮੈਂ ਕਿੱਥੇ ਗਈ ਹੋਊਗੀ ਪਤਾ ਨਹੀਂ ਆਈ ਮੈਂ ਕਹਿੰਦੀ ਕੀ ਪਤਾ ਕਿੱਥੇ ਗਈ ਇਕੱਠੇ ਮਿਲ ਕੇ ਸੋਚੀਏ ਚੱਲ ਆ ਦੇਖੋ ਸਜ਼ਾ ਇਹ ਕੀ ਸਜ਼ਾ ਪਾਣੀ ਪਿਆ ਪਿਆ ਕੇ ਮਾਰਨਾ ਪਾਣੀ ਸਾਗਰ ਪਿਆਸੀ ਬਹੁਤ ਸੀ ਮੈਨੂੰ ਪਤਾ ਪੀਲਾ 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 ਜਨਮ ਜਨਮ ਕੀ ਪਿਆਸੀ ਹੂੰ ਮੈਂ ਪੀਜਾ ਪੀਜਾ ਆ ਜਾਓ ਮਾਸਟਰ ਜੀ ਛੋਟੀ ਨਰਸ ਹੈ ਹਾਂਜੀ ਦੱਸੋ ਜੀ ਕਰੋ ਜੀ ਤੁਸੀਂ ਕਿਸੇ ਵੀ ਹਿੰਦੀ ਸੀਰੀਅਲ ਦੀ ਕੋਈ ਵੀ ਐਕਟਰ ਦੀ ਐਕਟਿੰਗ ਕਰਕੇ ਦਿਖਾਓ ਚਲੋ ਠੀਕ ਠੀਕ ਹੈ ਜੀ ਚਲੋ ਕਿਹਦੀ ਕਰੋਗੇ ਬਾਬੋ ਦੀ ਅਰੇ ਉਹ ਮੀਨਾ ਬੀਂਡਣੀ ਕਾਠੇ ਮਰ ਗਈ ਰੇ ਪਤਾ ਨਹੀਂ ਸਾਰੀ ਕੀ ਸਾਰੀ ਕਹਾਂ ਜਾ ਕਰ ਮਰ ਜਾਤੀ ਹੈ ਏਕ ਲੰਗੜੋ ਏਕ ਕਾਣੀ ਮੈਂ ਇਕਲੀ ਸਿਆਣੀ ਕਿਸ ਕਿਸ ਨੇ ਸੰਭਾਲੂ ਅਰੇ ਚਤੁਰੀ ਇਹ ਤਾਂ ਸਾਰਾ ਦਿਨ ਥਾਣੇ ਤੇ ਧਿਆਨ ਦੇਵੇ ਗੁੱਡ ਵਨ ਗੁੱਡ ਵਨ ਗੁੱਡ ਵਨ ਗੁੱਡ ਵਨ ਕੀ ਖਿਆਲ ਹੈ ਜੀ ਜਿੱਤੋਗੇ ਕਿ ਹਾਰੋਗੇ ਜਿੱਤਾਂਗੇ ਪੱਕਾ ਤੁਸੀਂ ਕਹਿੰਦੇ ਹੋ ਹਾਂਜੀ ਜਿੱਤਾਂਗੀ ਮੈਂ ਪੱਕਾ ਚਲੋ ਫਿਰ ਦੇਖਦੇ ਹਾਂ ਆਓ ਤੋਂ ਦਿਖਾਓ ਜੀ ਉਹਨਾਂ ਨੂੰ ਕਿਹੜੀ ਮੁੱਠੀ ਦੇਖਦੇ ਕਿਹੜੀ ਮੁੱਠੀ ਦੱਸਦੇ ਕਿ ਨਹੀਂ ਦੱਸਦੇ ਤੁਸੀਂ ਪੰਜ ਪੁਰਾਣੇ ਗਾਣੇ ਗਾਉਣੇ ਆ ਓਲਡ ਸੌਂਗਸ ਓਲਡ ਪੰਜਾਬੀ ਸੌਂਗਸ ਮੈਂ ਚੇਂਜ ਕਰੂੰਗਾ ਤੁਸੀਂ ਗਾਣਾ ਚੇਂਜ ਕਰੋਗੇ ਡਨ ਰੈਡੀ ਹੋ ਸੋਚ ਲਓ ਸਟਾਰਟ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆ ਗਲੀ ਭੁੱਲ ਨਾ ਜਾਵੇ ਚੰਨ ਮੇਰਾ ਹਾਏ ਨੀ ਬੱਤੀ ਬਾਲ ਕੇ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਹੋ ਸਾਂ ਟਾਲੀ ਤੇ ਮਰੋੜਿਆ ਰੁਖੜਾ ਜਾਂਦਾ ਮਾਇਆ ਚੇਂਜ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਚੇਂਜ ਡਾਚੀ ਵਾਲਿਆ ਮੋੜ ਮੁਹਾਰ ਵੇ ਸੋਹਣੀ ਵਾਲਿਆ ਲੈ ਚੱਲ ਨਾਲ ਚੇਂਜ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗਲੜੀਆਂ ਨੀ ਕਣਕਾਂ ਲੰਮੀਆਂ ਤੀਆਂ ਕਿਉਂ ਜੰਮੀਆਂ ਨੀ ਮਾਏ ਥੈਂਕ ਯੂ ਤਾੜੀਆਂ ਵੀ ਤਾੜੀਆਂ ਵੈਰੀ ਨਾਈਸ ਇਸ ਮੈਂ ਤਾਂ ਕੋਲੇ ਜਾਣੀ ਕਿ ਬਾਬਾ ਮੰਗਲ ਸਿੰਘ ਗਰੁੱਪ ਆਫ ਇੰਸਟੀਟਿਊਟ ਮੋਗਾ ਦਾ ਸਭ ਤੋਂ ਮੈਂ ਐਪਸੋਡ ਕਹਿੰਦਾ ਲੱਗਾ ਮਨਜ਼ੂਰ ਲਿਖ ਭੇਜੋ ਪਰ ਆਪਾਂ ਉਸ ਤੋਂ ਪਹਿਲਾਂ ਦੇ ਦੇ ਜੀ ਫੈਨਾਂ ਨੂੰ ਵੀ ਕੌਣ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਸਭ ਤੋਂ ਵੱਡੀ ਫੈਨ ਜੀ ਆ ਤੁਹਾਡਾ ਸ਼ੋ ਜੋਸ਼ ਕੈਂਪਰ ਮੈਂ ਤੇ ਮੇਰਾ ਸਾਰਾ ਪਰਿਵਾਰ ਦੇਖਦਾ ਹੈ ਤੁਹਾਡਾ ਸ਼ੋ ਬਹੁਤ ਵਧੀਆ ਹੈ ਤੁਸੀਂ ਸਾਡੇ ਸਕੂਲ ਜ਼ਰੂਰ ਆਣਾ ਆਲ ਦਾ ਬੈਸਟ ਹਾਂਜੀ ਦੇਖਿਆ ਸਾਡੇ ਫੈਨਸ ਕਿੰਨੇ ਕਿਊਟ ਕਿਊਟ ਕਿੰਨੇ ਵਧੀਆ ਵਧੀਆ ਨੇ ਜੀ ਅਗਰ ਸਰ ਤੁਹਾਡੇ ਕਾਲਜ ਯੂਨੀਵਰਸਿਟੀ ਵਿੱਚ ਆਉਂ ਮੈਂ ਜ਼ਰੂਰ ਲਿਖ ਪਾਜੋ ਮੇਰੇ ਪੇਜ ਦਾ ਦੈਟ ਇਜ਼ ਜੋਸ਼ ਕੈਂਪਸ ਦਾ ਮੈਨੂੰ ਲਾਈਕ ਕਰੋ ਪੇਜ ਨੂੰ ਮੈਂ ਜ਼ਰੂਰ ਆਊਂਗਾ ਆਈ ਲਵ ਯੂ ਆਲ ਬਾਏ ਬਾਏ ਅੱਜ ਤਾਂ ਮੇਰਾ ਸਵਾਲ ਹੈ ਜੀ ਕਿ ਜਿਹੜੇ ਖੁਸ਼ੀ ਦੇ ਪਲ ਹੁੰਦੇ ਆ ਕਰ ਲਓ ਉਹ ਉਦਾਸ ਕਹਤੇ ਹੈ ਆ ਜਾਓ ਮੈਂ ਫਿਰ ਬਾਹਰ ਅੰਦਰ ਆ ਰਹਾ ਹੂੰ ਵੈਲਕਮ ਯੂ ਆਫ ਦ ਜੋਸ਼ ਬੇਕਰ ਯੂ ਵਾਚਿੰਗ ਯੂਰ ਫੇਵਰਿਟ ਯੂ ਦੈਟ ਇਜ਼ ਅ ਜੋਸ਼ ਕੈਂਪਸ ਦਾ ਪਤਾ ਕੀ ਹੋਣ ਵਾਲਾ ਲੜਾਈ ਹੋਣ ਵਾਲੀ ਹੈ ਜੀ ਟੀਚਰਸ ਤੇ ਨਰਸਿਸ ਦੀ ਮਾਸੀ ਹਾਂ ਹਾਂ ਲੱਤ ਤਾਰੀਆਂ ਮੇਰੀਆਂ ਲੱਤ ਉੜਦੀਆਂ ਨੇ ਹੁਣ ਠੀਕ ਹੈ ਲੱਤ ਉੜਦੀਆਂ ਆਉਣੀਆਂ ਇਹ